ਦਿਲ ਵਿੱਚ ਜਜ਼ਬਾ ਅਤੇ ਇਰਾਦੇ ਮਜ਼ਬੂਤ ਹੋਣ ਤਾਂ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਫਿਰ ਚਾਹੇ ਸਾਹਮਣੇ ਮੌਤ ਹੀ ਕਿਉਂ ਨਾ ਖੜੀ ਹੋਵੇ ਅਤੇ ਉਸ ਨੂੰ ਮਾਤ ਦੇਣਾ ਵੀ ਮੁਮਕਿਨ ਹੈ ਅਤੇ ਅਜਿਹਾ ਕਰਨ ਦੇ ਲਈ ਉਮਰ ਅਤੇ ਹਾਲਾਤ ਵੀ ਮਾਇਨੇ ਨਹੀਂ ਰੱਖਦੇ। ਜ਼ਰੂਰਤ ਹੁੰਦੀ ਹੈ ਤਾਂ ਬਸ ਉਸ ਹੌਸਲੇ ਦੀ ਜਿਸ ਨੂੰ ਦਿਖਾਇਆ 59 ਸਾਲ ਦੇ ਅਮਰੀਕ ਸਿੰਘ ਨੇ ਅਤੇ ਹੁਣ ਇਸ ਹੌਸਲੇ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਇੱਕ ਰਿਪੋਰਟ। ਜਗ੍ਹਾ ਨਿਊਯਾਰਕ ਤੋਂ 150 ਕਿਲੋਮੀਟਰ ਦੂਰ ਸਟਾਟਰਸਬਰਗ। ਦਿਨ 15 ਦਸੰਬਰ 2015। ਵਕਤ ਰਾਤ ਦੇ ਕਰੀਬ 8 ਵਜੇ। ਸੁਨਸਾਨ ਪਏ ਪੈਟਰੋਲ ਪੰਪ ਤੇ ਇੱਕ ਸ਼ਖਸ ਨਜ਼ਰ ਆਉਂਦਾ ਹੈ ਜਿਸ ਦੇ ਹੱਥ 'ਚ ਇੱਕ ਸ਼ਾਟਗਨ ਹੈ। ਉਹ ਸ਼ਖਸ ਪੈਟਰੋਲ ਪੰਪ ਤੇ ਬਣੇ ਇੱਕ ਸਟੋਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖਲ ਹੁੰਦਾ ਹੈ। ਉਸਨੇ ਆਪਣਾ ਚਿਹਰਾ ਕੱਪੜੇ ਨਾਲ ਢੱਕਿਆ ਹੋਇਆ ਹੈ। ਅੰਦਰ ਦਾਖਲ ਹੁੰਦਿਆਂ ਹੀ ਉਹ ਸਟੋਰ ਮਾਲਕ ਨੂੰ ਗੰਦ ਦਿਖਾਉਂਦਾ ਹੈ। ਅਚਾਨਕ ਆਏ ਇਸ ਸ਼ਖਸ ਨੂੰ ਦੇਖ ਕੇ ਪਹਿਲੀ ਵਾਰ ਤਾਂ ਸਟੋਰ ਮਾਲਕ ਡਰ ਜਾਂਦਾ ਹੈ, ਪਰ ਫਿਰ ਉਹ ਇਸ ਸ਼ਖਸ ਤੇ ਸਟੋਰ ਮਾਲਕ ਨੂੰ ਇੱਕ ਪੋਲੀਥੀਨ ਦੇ ਕੇ ਉਸ 'ਚ ਪੈਸਾ ਭਰਨ ਦੇ ਲਈ ਕਹਿੰਦਾ ਹੈ। ਇਸ ਦੌਰਾਨ ਉਸਦੀ ਗੰਧ ਦਾ ਨਿਸ਼ਾਨਾ ਸਟੋਰ ਮਾਲਕ ਤੇ ਹੀ ਰਹਿੰਦਾ ਹੈ। ਸਟੋਰ ਮਾਲਕ ਪੋਲੀਥੀਨ 'ਚ ਪੈਸੇ ਭਰਨ ਲੱਗਦਾ ਹੈ। ਪਰ ਜਦੋਂ ਸਟੋਰ ਮਾਲਕ ਨੇ ਹੋਰ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨਕਾਬਪੋਸ਼ ਨੇ ਖੁਦ ਹੀ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ। ਇੰਨੇ 'ਚ ਮੌਕਾ ਦੇਖ ਕੇ ਸਟੋਰ ਮਾਲਕ ਨੇ ਨਕਾਬਪੋਸ਼ ਤੇ ਹਮਲਾ ਕੀਤਾ। ਨਕਾਬਪੋਸ਼ ਨੇ ਇਸ ਤੋਂ ਬਾਅਦ ਸਟੋਰ ਮਾਲਕ ਤੇ ਫਾਇਰ ਕੀਤਾ, ਪਰ ਉਸਦਾ ਨਿਸ਼ਾਨਾ ਚੁੱਕ ਗਿਆ ਅਤੇ ਫਿਰ ਸਟੋਰ ਮਾਲਕ ਨੇ ਆਪਣੀ ਚੱਪਲ ਨਾਲ ਨਕਾਬਪੋਸ਼ ਤੇ ਹਮਲਾ ਕੀਤਾ, ਜਿਸ ਨਾਲ ਨਕਾਬਪੋਸ਼ ਦੇ ਵੀ ਹੌਸਲੇ ਪਸਤ ਹੋ ਗਏ ਅਤੇ ਫਿਰ ਮੌਕੇ ਦਾ ਫਾਇਦਾ ਉਠਾ ਕੇ ਸਟੋਰ ਮਾਲਕ ਨੇ ਨਕਾਬਪੋਸ਼ ਨੂੰ ਆਪਣੇ ਸਟੋਰ ਤੋਂ ਖਦੇੜ ਦਿੱਤਾ ਅਤੇ ਦੋਵੇਂ ਹੱਥੋਂ ਪਾਈ ਕਰਦੇ ਹੋਏ ਸਟੋਰ ਤੋਂ ਬਾਹਰ ਨਿਕਲ ਗਏ। ਤਸਵੀਰਾਂ 'ਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਨਕਾਬਪੋਸ਼ ਦੁੰਮ ਦਬਾ ਕੇ ਭੱਜ ਨਿਕਲਿਆ। ਸਟੋਰ ਮਾਲਕ ਨੇ ਹਮਲਾਵਰ ਦਾ ਪਿੱਛਾ ਵੀ ਕੀਤਾ ਪਰ ਉਹ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਜਿਸ ਤੋਂ ਬਾਅਦ ਸਟੋਰ ਮਾਲਕ ਵਾਪਸ ਆਪਣੇ ਸਟੋਰ 'ਚ ਆ ਗਿਆ। ਹੁਣ ਤੁਹਾਨੂੰ ਦੱਸਦਿਆਂ ਕਿ ਆਖਿਰ ਕੌਣ ਹੈ ਬਹਾਦਰ ਸਟੋਰ ਮਾਲਕ। ਪੰਜਾਬ ਦੇ ਮੋਗਾ 'ਚ ਜਨਮੇ 59 ਸਾਲ ਦੇ ਅਮਰੀਕ ਸਿੰਘ 35 ਸਾਲ ਪਹਿਲਾਂ ਅਮਰੀਕਾ ਚਲੇ ਗਏ ਸਨ ਅਤੇ ਪਿਛਲੇ 19 ਸਾਲਾਂ ਤੋਂ ਉਹ ਆਪਣੇ ਪੈਟਰੋਲ ਪੰਪ ਤੇ ਇਹ ਸਟੋਰ ਚਲਾ ਰਹੇ ਨੇ। ਇਸ ਬਜ਼ੁਰਗ ਸਿੱਖ ਦੇ ਹੌਸਲੇ ਦੀ ਦਾਦ ਪੂਰੇ ਅਮਰੀਕਾ ਮੀਡੀਆ ਦਿੱਤੀ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ ਤੇ ਉਸਦੀ ਬਹਾਦਰੀ ਦਾ ਇਹ ਵੀਡੀਓ ਵਾਇਰਲ ਹੋ ਚੁੱਕਾ ਹੈ। ਇੱਕ ਚੱਪਲ ਨਾਲ ਕਿਸ ਤਰ੍ਹਾਂ ਕੋਈ ਸ਼ਖਸ ਬੰਦੂਕਧਾਰੀ ਹਮਲਾਵਰ ਦਾ ਸਾਹਮਣਾ ਕਰਦਾ ਹੈ ਅਤੇ ਉਸ ਨੂੰ ਮਾਤ ਦਿੰਦਾ ਹੈ, ਇਹ ਦੇਖ ਕੇ ਹਰ ਕੋਈ ਹੈਰਾਨ ਹੈ। ਰਿਪੋਰਟ, ਜ਼ੀ ਮੀਡੀਆ। ਤਾਂ ਸੱਤ ਸਮੁੰਦਰ ਪਾਰ ਤੋਂ ਇਹ ਤਸਵੀਰਾਂ ਆਈਆਂ ਨੇ ਅਤੇ ਤਸਵੀਰਾਂ ਇੱਕ ਬਹਾਦਰ ਪੰਜਾਬੀ ਦੀਆਂ, ਇੱਕ ਸਿੱਖ ਦੀਆਂ ਨੇ। ਅੱਗੇ ਵੱਧਦੇ ਹਾਂ ਅਤੇ ਹੁਣ ਸਾਡੇ ਵੀਕਲੀ ਮਿਸ਼ਨ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ। ਠੰਡ ਦਾ ਮੌਸਮ ਹੈ ਅਤੇ ਠੰਡ ਦੇ ਮੌਸਮ ਦੇ ਵਿੱਚ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਰਹਿਣ ਬਸੇਰਿਆਂ ਦਾ ਇੰਤਜ਼ਾਮ ਮੁਕੰਮਲ ਹੈ, ਪਰ ਅਸੀਂ ਜਦੋਂ ਰਿਐਲਿਟੀ ਚੈੱਕ ਦੇ ਲਈ ਸਾਡੀ ਟੀਮ ਪਹੁੰਚੀ ਤਾਂ ਉਸ ਦੇ ਵਿੱਚ ਬਹੁਤ ਖਾਮੀਆਂ ਨਜ਼ਰ ਆਈਆਂ ਅਤੇ ਲੋਕ ਠੰਡ ਦੇ ਮੌਸਮ ਦੇ ਵਿੱਚ ਖੁੱਲ੍ਹੇ ਅਸਮਾਨ ਥੱਲੇ ਸੌਣ ਨੂੰ ਮਜਬੂਰ ਨਜ਼ਰ ਆਏ। ਅਤੇ ਤਸਵੀਰਾਂ ਅਸੀਂ ਤੁਹਾਨੂੰ PGI ਚੰਡੀਗੜ੍ਹ ਦੀਆਂ ਦਿਖਾਉਣ ਜਾ ਰਹੇ ਹਾਂ, ਜਿੱਥੇ ਟਰਾਮਾ ਸੈਂਟਰ ਅਤੇ ਐਮਰਜੈਂਸੀ ਦੇ ਬਾਹਰ ਮਰੀਜ਼ਾਂ ਦੇ ਰਿਸ਼ਤੇਦਾਰ ਠੰਡ ਦੇ ਵਿੱਚ ਰਾਤਾਂ ਗੁਜ਼ਾਰਨ ਨੂੰ ਮਜਬੂਰ ਨੇ। ਇਹ ਤਸਵੀਰਾਂ PGI ਚੰਡੀਗੜ੍ਹ ਦੀਆਂ ਨੇ, ਜਿੱਥੇ ਟਰਾਮਾ ਸੈਂਟਰ ਅਤੇ ਐਮਰਜੈਂਸੀ ਦੇ ਬਾਹਰ ਅੱਜ ਕੱਲ੍ਹ ਇਹੋ ਨਜ਼ਾਰਾ ਨਜ਼ਰੀ ਪੈਂਦਾ ਹੈ। ਮਰੀਜ਼ਾਂ ਦੇ ਨਾਲ ਆਏ ਉਹਨਾਂ ਦੇ ਰਿਸ਼ਤੇਦਾਰ ਕੜਾਕੇ ਦੀ ਠੰਡ ਵਿੱਚ ਇੱਥੇ ਬਾਹਰ ਖੁੱਲ੍ਹੇ ਵਿੱਚ ਰਾਤਾਂ ਲਗਾਉਣ ਨੂੰ ਮਜਬੂਰ ਨੇ। ਅਸੀਂ ਰਾਤ ਦੇ ਕਰੀਬ 9:30 ਵਜੇ ਜਦੋਂ ਰਹਿਣ ਬਸੇਰਿਆਂ ਦਾ ਰਿਐਲਿਟੀ ਚੈੱਕ ਕਰਨ ਪਹੁੰਚੇ ਤਾਂ ਤਾਪਮਾਨ 11 ਡਿਗਰੀ ਦੇ ਨੇੜੇ ਸੀ ਤੇ ਲੋਕ ਲਾਈਨਾਂ ਵਿੱਚ ਐਮਰਜੈਂਸੀ ਵਾਰਡ ਦੇ ਬਾਹਰ ਸੁੱਤੇ ਪਏ ਸਨ। ਕਈ ਲੋਕ ਜਾ ਕੇ ਰਾਤ ਲੰਘਾ ਰਹੇ ਸੀ, ਜਿਨ੍ਹਾਂ ਦੇ ਵਿੱਚ ਬੱਚਿਆਂ ਅਤੇ ਔਰਤਾਂ ਤੋਂ ਲੈ ਕੇ ਬਜ਼ੁਰਗ ਤੱਕ ਸ਼ਾਮਲ ਸਨ। ਜਿਸ ਦਾ ਕੋਈ ਪਰਿਵਾਰਕ ਮੈਂਬਰ ਐਮਰਜੈਂਸੀ ਵਿੱਚ ਹੋਵੇ ਉਸਨੂੰ ਨੀਂਦ ਆਵੇ ਤਾਂ ਕਿਵੇਂ ਆਵੇ, ਤੇ ਜੇਕਰ ਕੋਈ ਸੋਣਾ ਵੀ ਚਾਹੇ ਤਾਂ ਠੰਡ ਸੌਣ ਨਹੀਂ ਦਿੰਦੀ। ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਇੱਥੇ ਰਹਿਣ ਅਤੇ ਠੰਡ, ਕੋਈ ਅਰੇਂਜਮੈਂਟ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ, ਬਸ ਐਵੇਂ ਹੀ ਜੋ ਵੀ ਆਉਂਦਾ ਐਵੇਂ ਨੀਚੇ ਬੈਠਣਾ ਪੈਂਦਾ। ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਕਿ ਜੋ ਇਹਨਾਂ ਦੇ ਪੇਸ਼ੈਂਟਾਂ ਦੇ ਨਾਲ ਇੱਥੇ ਹੈਲਪਰ ਆ ਰਹੇ ਆ
ਤੇ ਉਹਨਾਂ ਨੂੰ ਥੱਲੇ ਲੜਨਾ ਪੈਂਦਾ ਤੁਹਾਡੇ ਸਾਹਮਣੇ ਜੀ। ਅਸੀਂ ਇਹ ਮੁੱਦਾ ਪਹਿਲਾਂ ਵੀ ਪ੍ਰਸ਼ਾਸਨ ਦੇ ਸਾਹਮਣੇ ਰੱਖਿਆ ਸੀ ਤਾਂ ਭਰੋਸਾ ਮਿਲਿਆ ਸੀ ਕਿ ਮਰੀਜ਼ਾਂ ਦੇ ਨਾਲ ਆਏ ਰਿਸ਼ਤੇਦਾਰਾਂ ਲਈ ਜ਼ਰੂਰ ਕੋਈ ਨਾ ਕੋਈ ਰਹਿਣ ਬਸੇਰਾ ਬਣਾਇਆ ਜਾਵੇਗਾ। ਰਹਿਣ ਬਸੇਰਾ ਬਣਾਇਆ ਵੀ ਗਿਆ ਪਰ ਉਹ ਪੀਜੀਆਈ ਦੇ ਬਾਹਰ ਬਣਾਇਆ ਗਿਆ ਜਿਸ ਬਾਰੇ ਕਈ ਲੋਕਾਂ ਨੂੰ ਪਤਾ ਵੀ ਨਹੀਂ ਹੈ। ਸਾਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਉਹਦੇ ਬਾਰੇ, ਤੁਸੀਂ ਦੱਸ ਰਹੇ ਹੋ। ਮਾਤਾ ਬਹੁਤ ਜ਼ਿਆਦਾ ਸੀਰੀਅਸ ਨੇ ਜੀ, ਇਸ ਕਰਕੇ ਨਾ ਬਾਹਰ ਜਾ ਸਕੇ ਸੀ ਜੀ। ਨਹੀਂ ਅਸੀਂ ਤਾਂ ਉਸ ਬਾਰੇ ਨਹੀਂ ਸੁਣਿਆ, ਸਾਨੂੰ ਪਤਾ ਹੀ ਨਹੀਂ ਉਸ ਬਾਰੇ ਕੋਈ ਨੌਲੇਜ ਨਹੀਂ ਹੈ। ਪੀ ਜੀ ਆਈ ਦੇ ਟਰੋਮਾ ਸੈਂਟਰ ਦੇ ਬਾਹਰ ਦਾ ਹਾਲ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਲੋਕ ਬਾਹਰ ਸੋ ਰਹੇ ਨੇ, ਹਾਲਾਂਕਿ ਕਈ ਪਰਿਵਾਰਾਂ ਦੇ ਨਾਲ ਬੱਚੇ ਵੀ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਠੰਡ ਵਿੱਚ ਲੋਕ ਆਪਣੇ ਬਲੈਂਕਟ ਲੈ ਕੇ ਆਏ ਨੇ ਅਤੇ ਆਪਣੇ ਸਮਾਨ ਨਾਲ ਇਸੇ ਤਰ੍ਹਾਂ ਹੀ ਲਾਈਨ ਵਾਈਜ਼ ਸੋ ਰਹੇ ਨੇ, ਕਿਉਂਕਿ ਐਮਰਜੈਂਸੀ ਵਾਰਡ ਹੈ ਤਾਂ ਉਹ ਆਪਣੇ ਪਰਿਵਾਰਾਂ ਨੂੰ, ਪਰਿਵਾਰ ਦੇ ਜਿਹੜੇ ਵੀ ਮੈਂਬਰ ਅੰਦਰ ਮਰੀਜ਼ ਐਡਮਿਟ ਹੈ ਉਸਨੂੰ ਛੱਡ ਕੇ ਵੀ ਨਹੀਂ ਜਾ ਸਕਦੇ। ਜਿੰਨੇ ਵੀ ਅਟੈਂਡੈਂਟ ਹੈ ਉਹ ਜ਼ਿਆਦਾਤਰ ਇਸੇ ਤਰ੍ਹਾਂ ਸੋ ਰਹੇ ਨੇ। ਰਿਐਲਿਟੀ ਚੈੱਕ ਤੋਂ ਬਾਅਦ ਅਸੀਂ ਯੂਟੀ ਦੇ ਡੀਸੀ ਨਾਲ ਗੱਲ ਕੀਤੀ ਤਾਂ ਉਹਨਾਂ ਜਲਦ ਹੀ ਹਸਪਤਾਲ ਦੇ ਅੰਦਰ ਰਹਿਣ ਬਸੇਰਾ ਬਣਾਉਣ ਦਾ ਭਰੋਸਾ ਦਿੱਤਾ। ਪੀ ਜੀ ਆਈ ਮੈਂ ਨਾ ਵੀ ਪ੍ਰਪੋਜ਼ਿੰਗ ਪ੍ਰੋਪਰ ਸ਼ੈਲਟਰ ਫੋਰ ਅਟੈਂਡੈਂਟਸ। ਉੱਤਰ ਭਾਰਤ ਵਿੱਚ ਸ਼ੀਤ ਲਹਿਰ ਜ਼ੋਰਾਂ ਦੇ ਉੱਤੇ ਹੈ ਅਤੇ ਠੰਡ ਦੇ ਇਸ ਮੌਸਮ ਵਿੱਚ ਪੀ ਜੀ ਆਈ ਦੇ ਵਿੱਚ ਮਰੀਜ਼ਾਂ ਦੇ ਨਾਲ ਆਏ ਲੋਕ ਪਰੇਸ਼ਾਨ ਹੋ ਰਹੇ ਨੇ। ਸਾਨੂੰ ਉਮੀਦ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਪੀ ਜੀ ਆਈ ਦੇ ਅੰਦਰ ਇਹਨਾਂ ਲੋਕਾਂ ਲਈ ਜਲਦ ਕੋਈ ਨਾ ਕੋਈ ਪ੍ਰਬੰਧ ਜ਼ਰੂਰ ਕਰੇਗਾ। ਨਿਤਿਕਾ ਮਹੇਸ਼ਵਰੀ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ, ਚੰਡੀਗੜ੍ਹ। ਅੱਗੇ ਵਧਦਿਆਂ ਤੇ ਖਬਰ ਚੰਡੀਗੜ੍ਹ ਤੋਂ ਹੀ ਹੈ। ਚੇਨਈ ਦੇ ਵਿੱਚ ਆਏ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਹਮਾਇਤ ਦੇ ਵਿੱਚ ਅੱਜ ਚੰਡੀਗੜ੍ਹ 'ਚ ਮੈਰਾਥਨ ਵਾਕ ਦਾ ਪ੍ਰਬੰਧ ਕੀਤਾ ਜਾ ਰਿਹਾ। ਇਸ ਮੈਰਾਥਨ ਦਾ ਆਗਾਜ਼ ਹੁਣ ਤੋਂ ਥੋੜ੍ਹੀ ਹੀ ਦੇਰ ਦੇ ਵਿੱਚ ਸੁਖਨਾ ਲੇਕ ਤੋਂ ਹੋਏਗਾ ਅਤੇ ਇਸ ਮੌਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਵੀ ਮੌਜੂਦ ਰਹਿਣਗੇ। ਚੇਨਈ ਦੇ ਵਿੱਚ ਕੁਝ ਦਿਨ ਪਹਿਲਾਂ ਲਗਾਤਾਰ ਪਏ ਮੀਂਹ ਦੀ ਵਜ੍ਹਾ ਨਾਲ ਹੜ੍ਹ ਆਇਆ ਅਤੇ ਉਸਦੇ ਨਾਲ ਸੈਂਕੜਾ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਅਤੇ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਵੀ ਹੋਇਆ ਅਤੇ ਅੱਜ ਚੰਡੀਗੜ੍ਹ ਦੇ ਲੋਕ ਮੈਰਾਥਨ ਵਾਕ ਦਾ ਪ੍ਰਬੰਧ ਕਰ ਰਹੇ ਨੇ ਚੇਨਈ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ। ਅਤੇ ਸਿੱਧਾ ਰੁਖ ਚੰਡੀਗੜ੍ਹ ਦਾ ਕਰਦੇ ਹਾਂ। ਨਿਤਿਕਾ ਮਹੇਸ਼ਵਰੀ ਸਾਡੇ ਨਾਲ ਜੁੜ ਚੁੱਕੇ ਨੇ। ਨਿਤਿਕਾ, ਚੇਨਈ ਦੇ ਵਿੱਚ ਜੋ ਕੁਝ ਹੋਇਆ ਉਸਨੇ ਪੂਰੇ ਦੇਸ਼ ਨੂੰ ਕਿਤੇ ਨਾ ਕਿਤੇ ਦੁਖੀ ਕੀਤਾ ਅਤੇ ਲੋਕਾਂ ਦੇ ਵਿੱਚ ਦੁੱਖ ਵੀ ਨਜ਼ਰ ਆਏ ਲੋਕਾਂ ਦੇ ਮਨਾਂ ਦੇ ਵਿੱਚ। ਅੱਜ ਚੰਡੀਗੜ੍ਹ ਦੇ ਵਿੱਚ ਮੈਰਾਥਨ ਦਾ ਇੰਤਜ਼ਾਮ ਕੀਤਾ ਜਾ ਰਿਹਾ, ਕਿੰਨੀ ਦੇਰ ਦੇ ਵਿੱਚ ਸ਼ੁਰੂ ਹੋਏਗੀ ਅਤੇ ਇਸਦਾ ਮਕਸਦ ਹੋਰ ਕੀ ਹੈ? ਜੀ ਬਿਲਕੁਲ ਗੌਰਵ, ਚੇਨਈ ਵਿੱਚ ਜਿਹੜਾ ਹੜ੍ਹ ਆਇਆ ਸੀ ਉਸਦੇ ਕਾਰਨ ਸਾਰੇ ਦੇਸ਼ ਹਿਲ ਗਿਆ ਸੀ, ਕਿਉਂਕਿ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜਾਨ ਦਾ ਵੀ ਨੁਕਸਾਨ ਹੋਇਆ ਅਤੇ ਮਾਲੀ ਨੁਕਸਾਨ ਤਾਂ ਹੋਇਆ ਹੀ। ਇਸ ਲਈ ਚੰਡੀਗੜ੍ਹ ਦੇ ਲੋਕ ਦਿਖਾਉਣ ਵਾਸਤੇ ਕਿ ਸਾਡੇ ਵਿੱਚ ਯੂਨਿਟੀ ਹੈ, ਅਸੀਂ ਹਿੰਦੁਸਤਾਨ ਦੇ ਨਾਗਰਿਕ ਹਾਂ, ਇਸ ਲਈ ਇੱਥੇ ਇੱਕ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਅਤੇ ਬਸ ਥੋੜ੍ਹੀ ਦੇਰ 'ਚ ਗਵਰਨਰ ਆ ਜਾਣਗੇ। ਹਾਲਾਂਕਿ ਕਈ ਯੂਨੀਵਰਸਿਟੀ ਔਰ ਕਈ ਸਕੂਲ ਦੇ ਬੱਚੇ ਪਹੁੰਚ ਚੁੱਕੇ ਨੇ ਇੱਥੇ, ਪਰ ਥੋੜ੍ਹੀ ਦੇਰ 'ਚ ਗਵਰਨਰ ਵੀ ਆ ਜਾਣਗੇ ਅਤੇ ਬਹੁਤ ਸਾਰੀ ਕੰਪਨੀਜ਼ ਜਿਹੜੀਆਂ ਹੈ ਉਹਨਾਂ ਨੇ ਮੈਰਾਥਨ ਦਾ ਆਯੋਜਨ ਕੀਤਾ ਹੈ। 8:30 ਦੇ ਕਰੀਬ ਇਹ ਮੈਰਾਥਨ ਸ਼ੁਰੂ ਹੋ ਜਾਏਗੀ ਅਤੇ ਫਿਲਹਾਲ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ। ਜੀ ਬਿਲਕੁਲ, ਪੂਰੀਆਂ ਤਿਆਰੀਆਂ ਨੇ ਅਤੇ ਕੁਝ ਦੇਰ ਦੇ ਵਿੱਚ ਗਵਰਨਰ ਉੱਥੇ ਪਹੁੰਚਣਗੇ ਕਪਤਾਨ ਸਿੰਘ ਸੋਲੰਕੀ ਅਤੇ ਉਹ ਇਸ ਮੈਰਾਥਨ ਵਾਕ ਨੂੰ ਚੰਡੀ ਦਿਖਾਉਣਗੇ। ਮੈਰਾਥਨ ਵਾਕ ਦਾ ਇੰਤਜ਼ਾਮ ਕੀਤਾ ਗਿਆ, ਪ੍ਰਬੰਧ ਕੀਤਾ ਗਿਆ, ਨਿਤਿਕਾ ਕੋਈ ਖਾਸ ਵਜ੍ਹਾ? ਆਮ ਤੌਰ 'ਤੇ ਆਪਾਂ ਮੈਰਾਥਨ ਰੇਸ ਦੀ ਗੱਲ ਕਰਦੇ ਹਾਂ, ਦੌੜਦੇ ਹੋਏ ਲੋਕ ਨਜ਼ਰ ਆਉਂਦੇ ਨੇ, ਪਰ ਮੈਰਾਥਨ ਵਾਕ ਇਸ ਨੂੰ ਨਾਮ ਦਿੱਤਾ ਗਿਆ, ਕੋਈ ਖਾਸ ਵਜ੍ਹਾ? ਜੀ ਹਾਂ ਬਿਲਕੁਲ ਗੌਰਵ, ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਕੁਛ ਵੀ ਹੋਇਆ ਉਹ, ਮਤਲਬ ਤੁਸੀਂ ਵੀ ਜਾਣਦੇ ਹੋ, ਸਾਰਾ ਦੇਸ਼ ਜਾਣਦਾ ਹੈ ਕਿ ਉਹ ਬਿਲਕੁਲ ਵੀ ਸਹੀ ਨਹੀਂ ਸੀ, ਕਿਤੇ ਨਾ ਕਿਤੇ ਬਹੁਤ ਜ਼ਿਆਦਾ ਵੱਡੀ ਜਿਹੜਾ ਨੁਕਸਾਨ ਹੋਇਆ ਸਾਰੇ ਦੇਸ਼ ਨੂੰ, ਜਿਸ ਦੇ ਕਾਰਨ ਇੱਕ ਪੀਸਫੁੱਲ ਵਾਕ ਕੀਤੀ ਜਾਏਗੀ। ਮੈਰਾਥਨ ਵਾਕ ਦਾ ਨਾਮ ਇਸ ਲਈ ਇਸ ਨੂੰ ਦਿੱਤਾ ਗਿਆ ਹੈ, ਗਵਰਨਰ ਥੋੜ੍ਹੀ ਦੇਰ 'ਚ ਹੀ ਫਲੈਗ ਆਫ ਕਰਨਗੇ ਇਸ ਵਾਕ ਨੂੰ। ਹਾਲਾਂਕਿ ਇਸ ਵਿੱਚ ਕਈ ਸੈਲੀਬ੍ਰਿਟੀਜ਼ ਵੀ ਆ ਸਕਦੇ ਨੇ, ਜਿਵੇਂ ਕਿ ਬਲਕਾਰ ਸਿੱਧੂ ਸਿੰਗਰ ਹੈ, ਰਾਜ ਬਰਾੜ, ਉਹ ਵੀ ਆਉਣਗੇ ਇਸ ਮੈਰਾਥਨ ਵਿੱਚ ਅਤੇ ਉਹ ਵੀ ਵਾਕ ਕਰਨਗੇ। ਮਤਲਬ ਯਾਨੀ ਕਿ ਇਸ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਸ਼ਾਮਿਲ ਹੋਣ ਦੀ ਉਮੀਦ ਹੈ ਅਤੇ ਸਾਰੇ ਜਿਹੜੇ ਚੇਨਈ ਵਿੱਚ ਜਿਹੜੇ ਅਫੈਕਟ ਹੋਏ ਹੈ ਲੋਕ ਫਲੱਡ ਕਾਰਨ, ਉਹਨਾਂ ਨੂੰ ਸਪੋਰਟ ਕਰਨ ਲਈ ਇਹ ਮੈਰਾਥਨ ਵਾਕ ਕਰਨਗੇ। ਗੌਰਵ ਜੀ ਬਿਲਕੁਲ, ਤਾਂ ਮੈਰਾਥਨ ਦਾ ਇੰਤਜ਼ਾਮ, ਮੈਰਾਥਨ ਵਾਕ ਦਾ ਇੰਤਜ਼ਾਮ ਕੀਤਾ ਗਿਆ, ਜਿਸ ਤਰ੍ਹਾਂ ਨਾਲ ਤੁਸੀਂ ਦੱਸਿਆ ਕਿ ਨਿਤਿਕਾ ਕਿ ਕਈ ਸੈਲੀਬ੍ਰਿਟੀਜ਼ ਵੀ ਉੱਥੇ ਪਹੁੰਚ ਰਹੇ ਨੇ, ਮੈਂ ਵੀ ਜ਼ਰੂਰ ਜਾਣਨਾ ਚਾਹਾਂਗਾ ਕਿ ਇਹ ਸੁਖਨਾ ਲੇਕ ਤੋਂ ਸ਼ੁਰੂ ਹੋ ਕੇ ਇਹ ਜਿਹੜੇ ਮੈਰਾਥਨ ਵਾਕ ਹੈ ਇਹ ਚੰਡੀਗੜ੍ਹ 'ਤੇ ਕਿੱਥੇ ਜਾ ਕੇ ਇਸਦਾ ਸਮਾਪਨ ਹੋਏਗਾ?
जी बिल्कुल गौरव, थोड़ी किलोमीटर ते ही इत्थे सिर्फ जिहड़ी रोड है लेक वाली सुखना लेक, उत्थे ही सिर्फ यह मैराथन वॉक किया जाएगा। दरअसल जिहड़ा रन रहिंदा है वह थोड़ा जिहा रेस हुंदी है या फिर किसी ना किसी कॉम्पीटिशन लई हुंदी है, यह सिर्फ एक सपोर्ट लई या फिर एक प्रे लई कीती जा रही है, इसलिए यह वॉक है जिहड़ी बहुत ही स्लो चलेगी ते थोड़ी बस किलोमीटर तक यह वॉक चलेगी। जी नीतिका, तुहाडा बहुत बहुत धन्नवाद इस पूरी जानकारी दे लई। तां नीतिका साडे नाल जुड़े हुए सन। अज चंडीगढ़ दे विच मैराथन वॉक दा इंतजाम किया गया, प्रबंध किया गया उन्हां लोकां दे लई जो चेन्नई हड़ां दे विच प्रभावित हुए सन, जिन्हां दी मौत हुई सी। ते फिलहाल विला हो चलिया तुहाडे तों इजाजत लैण दा। साडा ईमेल पता नोट कर लो, तुहाडे सुझावां दा सानूं इंतजार रहिंदा। तुहाडा ईमेल पता है editorpunjabi@zmedia.slgroup.com। ऑनलाइन सानूं वेख सकदे हो zpunjab.com ते इस दे नाल ही सोशल नेटवर्किंग साइट्स ते सानूं फॉलो कर सकदे हो। फेसबुक से साडा पेज है, तो सानू ट्वीट कर सकते हो ट्विटर से #ZPHH के नाम। सत श्रीकाल जी, दे विच अज दे लई इजाजत दियो, धन्यवाद।